ਇੱਕ ਵਪਾਰੀ ਦੇ ਵੱਲੋਂ ਦੁਕਾਨਦਾਰ ਦੇ ਉੱਤੇ ਪਿਸਤੌਲ ਤਾਣੀ ਗਈ ਹੈ ਤਾਂ ਦੱਸ ਦਈਏ ਕਿ ਪੈਸਿਆਂ ਦੇ ਲੈਣ ਦੇਣ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਦੋਂ ਇੱਕ ਵਪਾਰੀ ਦੁਕਾਨਦਾਰ ਦੇ ਉੱਤੇ ਪਿਸਤੌਲ ਤਾਣ ਦਿੰਦਾ। ਹਾਲਾਂਕਿ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੁਕਾਨਦਾਰ ਕੁਰਸੀ 'ਤੇ ਬੈਠਾ ਹੁੰਦਾ ਹੈ ਅਤੇ ਇੰਨੇ ਦੇ ਵਿੱਚ ਵਪਾਰੀ ਅਤੇ ਦੁਕਾਨਦਾਰ ਦੇ ਵਿੱਚ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਬਹਿਸ ਹੁੰਦੀ ਹੈ ਅਤੇ ਬਹਿਸ ਇਸ ਕਦਰ ਵੱਧ ਜਾਂਦੀ ਹੈ ਕਿ ਵਪਾਰੀ ਜੋ ਹੈ ਦੁਕਾਨਦਾਰ 'ਤੇ ਪਿਸਤੌਲ ਤਾਣ ਦਿੰਦਾ। ਹਾਲਾਂਕਿ ਗਨੀਮਤ ਰਹਿੰਦੀ ਹੈ ਕਿ ਉਸਦੇ ਵਿੱਚੋਂ ਫਾਇਰ ਨਹੀਂ ਚੱਲਦਾ, ਨਹੀਂ ਤਾਂ ਕੋਈ ਵੱਡਾ ਨੁਕਸਾਨ ਹੋ ਸਕਦਾ ਸੀ। ਤਾਂ ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਜਿਸ ਦੇ ਉੱਤੇ ਪਿਸਤੌਲ ਤਾਣੀ ਹੈ ਉਸ ਸ਼ਖਸ ਨੇ ਪੁਲਿਸ ਨੂੰ ਹੁਣ ਇਸ ਦੀ ਸ਼ਿਕਾਇਤ ਦਿੱਤੀ ਹੈ। ਪਰ ਇੱਥੇ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਜ਼ਰੂਰ ਖੜ੍ਹੇ ਹੁੰਦੇ ਨੇ ਕਿਉਂਕਿ ਇੱਕ ਪਾਸੇ ਤਾਂ ਚੋਣ ਜ਼ਾਬਤਾ ਲੱਗੀ ਹੋਈ ਹੈ, ਪ੍ਰਸ਼ਾਸਨ ਦੇ ਵੱਲੋਂ ਵਾਰ ਵਾਰ ਸਾਰਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਜਿੰਨੇ ਵੀ ਅਸਲਾ ਧਾਰਕ ਨੇ ਉਹ ਆਪਣੇ ਅਸਲੇ ਨੂੰ ਨਾਲ ਲੱਗਦੇ ਥਾਣੇ ਦੇ ਵਿੱਚ ਜ਼ਰੂਰ ਜਮ੍ਹਾਂ ਕਰਵਾਉਣ। ਪਰ ਅਜਿਹੇ ਦੇ ਵਿੱਚ ਹੁਣ ਇਸ ਸ਼ਖਸ ਦੇ ਵੱਲੋਂ ਜੋ ਪਿਸਤੌਲ ਤਾਣੀ ਗਈ ਹੈ ਇਸ ਦੇ ਕੋਲ ਇਹ ਪਿਸਤੌਲ ਕਿੱਥੋਂ ਆਇਆ, ਕੀ ਇਸ ਦੇ ਵੱਲੋਂ ਕੋਈ ਲਾਇਸੈਂਸ ਹੈ ਸੀ ਜਾਂ ਫਿਰ ਨਹੀਂ, ਇਸ ਦੀ ਜੋ ਜਾਂਚ ਹੈ ਹੁਣ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਪਰ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਇਹ ਵੱਡਾ ਸਵਾਲ ਜ਼ਰੂਰ ਖੜ੍ਹਾ ਹੁੰਦਾ ਕਿਉਂਕਿ ਇੱਕ ਪਾਸੇ ਚੋਣ ਜ਼ਾਬਤਾ ਲੱਗੀ ਹੈ, ਦੂਜੇ ਪਾਸੇ ਇਸ ਵਪਾਰੀ ਦੇ ਕੋਲ ਕਿਹਾ ਜਾ ਰਿਹਾ ਕਿ ਅਸਲਾ ਸੀ ਜੋ ਕਿ ਦੁਕਾਨਦਾਰ ਦੇ ਉੱਤੇ ਤਾਣਿਆ ਗਿਆ। ਹਾਲਾਂਕਿ ਮਾਮਲਾ ਲੈਣ ਦੇਣ ਦਾ ਦੱਸਿਆ ਜਾ ਰਿਹਾ ਹੈ, ਕਾਫੀ ਸਮੇਂ ਤੋਂ ਇਹਨਾਂ ਦੇ ਵਿਚਕਾਰ ਬਿਜ਼ਨਸ ਚੱਲ ਰਿਹਾ ਹੈ ਅਤੇ ਹੁਣ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਇਹਨਾਂ ਦੇ ਵਿਚਕਾਰ ਪਹਿਲਾਂ ਤਾਂ ਬਹਿਸਬਾਜ਼ੀ ਹੁੰਦੀ ਹੈ ਅਤੇ ਬਹਿਸਬਾਜ਼ੀ ਇਸ ਕਦਰ ਵੱਧ ਜਾਂਦੀ ਹੈ ਕਿ ਇੱਕ ਦੂਜੇ ਦੇ ਉੱਤੇ ਪਿਸਤੌਲ ਤਾਣ ਦਿੱਤਾ ਜਾਂਦਾ। ਤਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਦੁਕਾਨਦਾਰ ਅਤੇ ਵਪਾਰੀ ਦੇ ਵਿੱਚ ਲੜਾਈ ਹੁੰਦੀ ਹੈ ਅਤੇ ਲੜਾਈ ਦੇ ਵਿੱਚ ਜੋ ਵਪਾਰੀ ਹੈ ਉਹ ਦੁਕਾਨਦਾਰ ਦੇ ਉੱਤੇ ਪਿਸਤੌਲ ਤਾਣ ਦਿੰਦਾ ਅਤੇ ਹੁਣ ਡਰਦੇ ਮਾਰਿਆਂ ਦੁਕਾਨਦਾਰ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਅਤੇ ਪੁਲਿਸ ਦੇ ਵੱਲੋਂ ਹੁਣ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਜਿਸ ਵਿਅਕਤੀ ਨੇ ਇਹ ਰਿਵੋਲਵਰ ਤਾਣਿਆ ਕੀ ਉਸਦੇ ਕੋਲ ਇਸਦਾ ਲਾਇਸੈਂਸ ਹੈ ਜਾਂ ਫਿਰ ਉਸਨੇ ਨਜਾਇਜ਼ ਤੌਰ ਦੇ ਉੱਤੇ ਇਸ ਨੂੰ ਰੱਖਿਆ ਹੋਇਆ। ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ। ਇੱਕ ਵਪਾਰੀ ਦੇ ਵੱਲੋਂ ਦੁਕਾਨਦਾਰ ਦੇ ਉੱਤੇ ਪਿਸਤੌਲ ਤਾਣੀ ਗਈ ਹੈ ਤਾਂ ਦੱਸ ਦਈਏ ਕਿ ਪੈਸਿਆਂ ਦੇ ਲੈਣ ਦੇਣ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਜਦੋਂ ਇੱਕ ਵਪਾਰੀ ਦੁਕਾਨਦਾਰ ਦੇ ਉੱਤੇ ਪਿਸਤੌਲ ਤਾਣ ਦਿੰਦਾ। ਹਾਲਾਂਕਿ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੁਕਾਨਦਾਰ ਕੁਰਸੀ 'ਤੇ ਬੈਠਾ ਹੁੰਦਾ ਹੈ ਅਤੇ ਇੰਨੇ ਦੇ ਵਿੱਚ ਵਪਾਰੀ ਅਤੇ ਦੁਕਾਨਦਾਰ ਦੇ ਵਿੱਚ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਬਹਿਸ ਹੁੰਦੀ ਹੈ ਅਤੇ ਬਹਿਸ ਇਸ ਕਦਰ ਵੱਧ ਜਾਂਦੀ ਹੈ ਕਿ ਵਪਾਰੀ ਜੋ ਹੈ ਦੁਕਾਨਦਾਰ 'ਤੇ ਪਿਸਤੌਲ ਤਾਣ ਦਿੰਦਾ। ਹਾਲਾਂਕਿ ਗਨੀਮਤ ਰਹਿੰਦੀ ਹੈ ਕਿ ਉਸਦੇ ਵਿੱਚੋਂ ਫਾਇਰ ਨਹੀਂ ਚੱਲਦਾ, ਨਹੀਂ ਤਾਂ ਕੋਈ ਵੱਡਾ ਨੁਕਸਾਨ ਹੋ ਸਕਦਾ ਸੀ। ਤਾਂ ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਜਿਸ ਦੇ ਉੱਤੇ ਪਿਸਤੌਲ ਤਾਣੀ ਹੈ ਉਸ ਸ਼ਖਸ ਨੇ ਪੁਲਿਸ ਨੂੰ ਹੁਣ ਇਸ ਦੀ ਸ਼ਿਕਾਇਤ ਦਿੱਤੀ ਹੈ। ਪਰ ਇੱਥੇ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਜ਼ਰੂਰ ਖੜ੍ਹੇ ਹੁੰਦੇ ਨੇ ਕਿਉਂਕਿ ਇੱਕ ਪਾਸੇ ਤਾਂ ਚੋਣ ਜ਼ਾਬਤਾ ਲੱਗੀ ਹੋਈ ਹੈ, ਪ੍ਰਸ਼ਾਸਨ ਦੇ ਵੱਲੋਂ ਵਾਰ ਵਾਰ ਸਾਰਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਜਿੰਨੇ ਵੀ ਅਸਲਾ ਧਾਰਕ ਨੇ ਉਹ ਆਪਣੇ ਅਸਲੇ ਨੂੰ ਨਾਲ ਲੱਗਦੇ ਥਾਣੇ ਦੇ ਵਿੱਚ ਜ਼ਰੂਰ ਜਮ੍ਹਾਂ ਕਰਵਾਉਣ। ਪਰ ਅਜਿਹੇ ਦੇ ਵਿੱਚ ਹੁਣ ਇਸ ਸ਼ਖਸ ਦੇ ਵੱਲੋਂ ਜੋ ਪਿਸਤੌਲ ਤਾਣੀ ਗਈ ਹੈ ਇਸ ਦੇ ਕੋਲ ਇਹ ਪਿਸਤੌਲ ਕਿੱਥੋਂ ਆਇਆ, ਕੀ ਇਸ ਦੇ ਵੱਲੋਂ ਕੋਈ ਲਾਇਸੈਂਸ ਹੈ ਸੀ ਜਾਂ ਫਿਰ ਨਹੀਂ, ਇਸ ਦੀ ਜੋ ਜਾਂਚ ਹੈ ਹੁਣ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਪਰ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ ਇਹ ਵੱਡਾ ਸਵਾਲ ਜ਼ਰੂਰ ਖੜ੍ਹਾ ਹੁੰਦਾ ਕਿਉਂਕਿ ਇੱਕ ਪਾਸੇ ਚੋਣ ਜ਼ਾਬਤਾ ਲੱਗੀ ਹੈ, ਦੂਜੇ ਪਾਸੇ ਇਸ ਵਪਾਰੀ ਦੇ ਕੋਲ ਕਿਹਾ ਜਾ ਰਿਹਾ ਕਿ ਅਸਲਾ ਸੀ ਜੋ ਕਿ ਦੁਕਾਨਦਾਰ ਦੇ ਉੱਤੇ ਤਾਣਿਆ ਗਿਆ। ਹਾਲਾਂਕਿ ਮਾਮਲਾ ਲੈਣ ਦੇਣ ਦਾ ਦੱਸਿਆ ਜਾ ਰਿਹਾ ਹੈ, ਕਾਫੀ ਸਮੇਂ ਤੋਂ ਇਹਨਾਂ ਦੇ ਵਿਚਕਾਰ ਬਿਜ਼ਨਸ ਚੱਲ ਰਿਹਾ ਹੈ ਅਤੇ ਹੁਣ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਇਹਨਾਂ ਦੇ ਵਿਚਕਾਰ ਪਹਿਲਾਂ ਤਾਂ ਬਹਿਸਬਾਜ਼ੀ ਹੁੰਦੀ ਹੈ ਅਤੇ ਬਹਿਸਬਾਜ਼ੀ ਇਸ ਕਦਰ ਵੱਧ ਜਾਂਦੀ ਹੈ ਕਿ ਇੱਕ ਦੂਜੇ ਦੇ ਉੱਤੇ ਪਿਸਤੌਲ ਤਾਣ ਦਿੱਤਾ ਜਾਂਦਾ। ਤਾਂ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ।
ਜਿੱਥੇ ਕਿ ਇੱਕ ਦੁਕਾਨਦਾਰ ਤੇ ਵਪਾਰੀ ਦੇ ਵਿੱਚ ਲੜਾਈ ਹੁੰਦੀ ਹੈ ਤੇ ਲੜਾਈ ਦੇ ਵਿੱਚ ਜੋ ਵਪਾਰੀ ਹੈ ਉਹ ਦੁਕਾਨਦਾਰ ਦੇ ਉੱਤੇ ਪਿਸਤੌਲ ਤਾਣ ਦਿੰਦਾ ਤੇ ਹੁਣ ਡਰਦੇ ਮਾਰਿਆਂ ਦੁਕਾਨਦਾਰ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਹੁਣ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਜਿਸ ਵਿਅਕਤੀ ਨੇ ਇਹ ਰਿਵੋਲਵਰ ਤਾਣਿਆ ਕੀ ਉਸਦੇ ਕੋਲ ਇਸਦਾ ਲਾਇਸੈਂਸ ਹੈ ਜਾਂ ਫਿਰ ਉਸਨੇ ਨਜਾਇਜ਼ ਤੌਰ ਦੇ ਉੱਤੇ ਇਸ ਨੂੰ ਰੱਖਿਆ ਹੋਇਆ। ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ।